ਕਾਇਓ ਅਸੀਂ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਜ਼ਮੀਨ ਮਾਫੀਆ ਦਾ ਬਹੁਤ ਵੱਡਾ ਸਰਗਣਾ ਔਰ ਉਹਦੀ ਪਿੱਠ ਦੇ ਪਿੱਛੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸਾਰੀਆਂ ਸਰਕਾਰਾਂ ਅਤੇ ਜਿੰਨੇ ਪ੍ਰਸ਼ਾਸਨ ਅਧਿਕਾਰੀ ਨੇ, ਚਾਹੇ ਡਰੇਨੇਜ ਵਿਭਾਗ ਹੈ, ਮਾਈਨਿੰਗ ਵਿਭਾਗ ਹੈ, ਸਾਰੇ ਦੇ ਸਾਰੇ ਹੀ ਮੈਂ ਕਹਾਂਗਾ ਉਹਦੇ ਤਲੇ ਚੱਟ ਨੇ। ਕਿਉਂਕਿ ਡੇਰਾ ਰਾਧਾ ਸਵਾਮੀ ਨੇ ਦਰਿਆ ਦੇ ਕੁਦਰਤੀ ਵਹਾਅ ਬਿਆਸ ਨੂੰ ਬਦਲ ਦਿੱਤਾ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਗਿਆ, ਨਜਾਇਜ਼ ਬੰਨ੍ਹ ਬਣਾ ਕੇ। ਹੁਣ ਅੱਜ ਮੌਕੇ ਦੇ ਉੱਤੇ ਵੀ ਉਹ ਦਰਿਆ ਦੇ ਸੱਜੇ ਪਾਸੇ ਪੱਥਰ ਅਤੇ ਮਿੱਟੀ ਪਾ ਕੇ ਅਤੇ ਦਰਿਆ ਦਾ ਜਿਹੜਾ ਵਹਾਅ ਆ ਉਹ ਦੂਸਰੇ ਪਾਸੇ ਨੂੰ ਕਰ ਰਿਹਾ। ਇਹਦੇ ਸੰਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ 'ਚ ਪਹੁੰਚੇ ਅਤੇ ਹਾਈ ਕੋਰਟ ਨੇ ਆ ਆਰਡਰ ਕੀਤੇ ਨੇ 30/5/2024 ਨੂੰ ਔਰ ਇਹਦੇ ਵਿੱਚ ਡੇਰਾ ਰਾਧਾ ਸਵਾਮੀ ਨੂੰ, ਪੰਜਾਬ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ, ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕਿਸੇ ਵੀ ਕਿਸਮ ਦੀ ਦਰਿਆ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਪਰ ਉਹ ਇੰਨਾ ਹੰਕਾਰਿਆ ਹੋਇਆ ਬੰਦਾ ਹੈ, ਇੱਕ ਬੰਦੇ ਤੋਂ ਉਹ ਧਾਰਮਿਕ ਮੁਖੀ ਘੁੰਮਦਾ ਹੈ ਪਰ ਦੂਸਰੇ ਪਾਸੇ ਨਾ ਹਾਈਕੋਰਟ ਦੀ ਪਰਵਾਹ ਅਤੇ ਨਾ ਇਹਨਾਂ ਗਰੀਬ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਕਰ ਰਿਹਾ, ਇਹਨਾਂ ਦੀ ਕੋਈ ਪਰਵਾਹ ਨਹੀਂ ਅਤੇ ਹਾਈਕੋਰਟ ਦੇ ਹੁਕਮਾਂ ਦੀ ਹੁਕਮ ਅਧੂਰੀ ਕਰਕੇ ਉਹ ਅੱਜ ਵੀ ਦਰਿਆ ਬਿਆਸ ਦੇ ਵਿੱਚ ਜਿਹੜਾ ਉਹ ਆਪਣਾ ਕੰਮ ਚੱਲ ਰਿਹਾ, ਉੱਥੇ ਸੈਂਕੜੇ ਟਿੱਪਰ, ਹਜ਼ਾਰਾਂ ਆਦਮੀ ਕੰਮ ਕਰ ਰਹੇ ਨੇ। ਅਸੀਂ ਅੱਜ ਆ ਜਿਹੜਾ ਮੰਗ ਪੱਤਰ ਦੇਣ ਵਾਸਤੇ ਤੀਜੀ ਚੌਥੀ ਵਾਰ ਆ ਗਈਆਂ 31 ਤਰੀਕ ਤੋਂ ਲੈ ਕੇ, ਕਿਉਂਕਿ ਉਹਨੇ ਇੱਕ ਦਿਨ ਵੀ ਕੰਮ ਨਹੀਂ ਰੋਕਿਆ। ਇਹਦੋਂ ਪਹਿਲਾਂ ਵੀ ਅਸੀਂ ADC ਨੂੰ ਵੀ ਮਿਲ ਗਏ, ADC ਨੇ ਜਿਹੜੀ ਸੀ ਉਹ ਮਾਰ ਕੀਤੀ, SDM ਬਾਬਾ ਬਕਾਲਾ ਨੂੰ ਕੋਈ ਕਾਰਵਾਈ ਨਹੀਂ, ਇਸੇ ਤਰ੍ਹਾਂ ਡਰੇਨੇਜ ਵਿਭਾਗ ਦੇ SC ਨੂੰ ਮਿਲੇ ਹਾਂ, ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਅਤੇ ਉਲਟੇ ਇੰਨੇ ਬੇਸ਼ਰਮ ਅਫਸਰ ਨੇ, SC ਜਿਹੜਾ ਹੈ ਉਹ ਕਹਿੰਦਾ ਜੀ ਉੱਥੇ ਐਕਸ਼ਨ ਗਿਆ ਹੈ ਅਤੇ ਐਕਸ਼ਨ ਕਹਿੰਦਾ ਕੋਈ ਕੰਮ ਨਹੀਂ ਚੱਲ ਰਿਹਾ। ਅਤੇ ਮੈਂ ਕਿਹਾ ਚੱਲ ਮੈਂ ਤੈਨੂੰ ਵਿਖਾਉਣਾ, ਅੱਜ ਵੀ ਅਸੀਂ ਹੁਣ ਵੀਡੀਓ ਵੀ ਲੈ ਕੇ ਆਏ ਹਾਂ, ਫੋਟੋ ਵੀ ਲੈ ਕੇ ਆਏ ਹਾਂ, ਅੱਜ ਵੀ ਉੱਥੇ ਕੰਮ ਚੱਲ ਰਿਹਾ ਅਤੇ ਅੱਜ ਅਸੀਂ ਆਹ ਜਿਹੜਾ ਮੰਗ ਪੱਤਰ ਆ ਇਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦੇ ਕੇ ਮੰਗ ਕਰ ਰਹੇ ਹਾਂ ਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਸੰਬੰਧ ਵਿੱਚ ਉਹਦੇ ਖਿਲਾਫ਼ ਪਰਚਾ ਦਰਜ ਕੀਤਾ ਜਾਏ ਔਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ਼ ਜਿਹੜਾ ਉਹ ਦਵਾ ਦੇ, ਇਹ ਮੰਗ ਪੱਤਰ ਦੇਣ ਵਾਸਤੇ। ਤੁਸੀਂ ਦੇਖੋ ਕਿ ਇਹ ਤਾਂ ਅਸੀਂ ਮੈਂ ਕਰੀਬ 2010 ਤੋਂ ਲੈ ਕੇ ਲਗਾਤਾਰ ਇਸ ਚੀਜ਼ ਨੂੰ, ਇਸ ਕੇਸ ਨੂੰ ਲੈ ਕੇ ਚੱਲ ਰਿਹਾ।
ਪਰ ਉਹਦੇ ਸਿਰ 'ਤੇ ਕੋਈ ਕਾਂਦੀ ਜੋ ਨਹੀਂ ਸਰਕਦੀ, ਕਿਉਂਕਿ ਉਹਨੂੰ ਜਿਹੜੀ ਆ ਸਪੋਰਟ ਹੈ, ਜਿਹਨੇ ਡੀ ਸੀ ਕਪੂਰਥਲਾ ਕੋਲ ਜਾਓ ਉਹ ਕਹਿੰਦਾ ਜੀ ਡੀ ਸੀ ਅੰਮ੍ਰਿਤਸਰ ਦਾ ਕੰਮ ਹੈ, ਡੀ ਸੀ ਅੰਮ੍ਰਿਤਸਰ ਕੋਲ ਆਓ ਉਹ ਕਹਿੰਦੇ ਜੀ ਕਪੂਰਥਲੇ ਦਾ ਕੰਮ ਹੈ, ਅਤੇ ਮਤਲਬ ਕੋਈ ਵੀ ਗੱਲ ਨਹੀਂ, ਨਾ ਡਰੇਨੇਜ ਪਾ ਗਿਆ ਨਾ ਕੋਈ ਵੀ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ, ਭਾਈ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ, ਰਾਤੀ ਵੀ ਮੈਂ ਜਦੋਂ ਮਿਲ ਕੇ ਉੱਥੋਂ ਆਇਆ ਕੱਲ੍ਹ ਮੈਨੂੰ ਪਤਾ ਲੱਗਿਆ ਅਤੇ ਮੈਨੂੰ ਮੱਖਣ ਸਿੰਘ ਉਹਨਾਂ ਨੇ ਬੁਲਾਇਆ ਅਤੇ ਮੈਂ ਢਿਲਵਾਂ ਤੋਂ ਮਿਲ ਕੇ ਇਹਨਾਂ ਨੂੰ ਆ ਰਿਹਾ ਸਾਂ, ਰਾਤ ਹਨੇਰਾ ਸੀ ਅਤੇ ਮੋਟਰਸਾਈਕਲ 'ਤੇ ਦੋ ਬੰਦੇ ਆਏ ਨੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਵੀ ਤੂੰ ਚੁੱਪ ਕਰਕੇ ਬੈਠ ਜਾ ਅਤੇ ਨਹੀਂ ਤਾਂ ਫਿਰ ਤੇਰਾ ਹਸ਼ਰ ਵੇਖੀ ਕੀ ਹੁੰਦਾ। ਸੋ ਪਹਿਲਾਂ ਵੀ ਬੜੀਆਂ ਮੈਨੂੰ ਹੁਣ ਤੱਕ ਧਮਕੀਆਂ ਮਿਲ ਚੁੱਕੀਆਂ ਨੇ, ਹੁਣ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ, ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ। ਔਰ ਇਸ ਡੇਰਾ ਮੁਖੀ ਨੂੰ ਜਿਹੜੀ ਆ ਉਹ ਨੱਕ 'ਚ ਨੱਥ ਪਵਾਵਾਂਗਾ, ਇਹ ਪ੍ਰਸ਼ਾਸਨ ਅਧਿਕਾਰੀ ਨੇ ਇਹਨਾਂ ਨੂੰ ਵੇਖਾਂਗਾ ਵੀ ਕੀ ਕਰਦੇ ਆ, ਨਹੀਂ ਤਾਂ ਮੈਨੂੰ ਕੋਈ ਵੀ ਐਕਸ਼ਨ ਕਰਨਾ ਪਵੇ ਮੈਂ ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗਾ। ਲੋਕਤੰਤਰ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਹਨਾਂ ਅਫਸਰਾਂ ਦੇ ਨੱਕ 'ਚ ਦਮ ਕਰਕੇ ਡੇਰਾ ਰਾਧਾ ਸਵਾਮੀ ਨੂੰ ਜਿਹੜੀ ਆ ਨੱਥ ਪਵਾਵਾਂਗੇ, ਔਰ ਜਿਹੜਾ ਦਰਿਆ ਦਾ ਕੁਦਰਤੀ ਵਹਾਅ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜਿਹੜਾ ਦਰਿਆ ਬਿਆਸ ਦਾ ਇਹ ਵਹਾਅ ਬਦਲ ਕੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਕਬਜ਼ੇ 'ਚ ਕਰ ਗਿਆ। ਆਹ ਮੱਖਣ ਸਿੰਘ ਨੇ ਇਹਨਾਂ ਦੀ ਜ਼ਮੀਨ ਉਹਦੇ ਅੰਦਰ ਆ ਡੇਰੇ ਦੇ ਅਤੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ, ਇਸੇ ਤਰ੍ਹਾਂ ਕਿੱਧਰ ਗਿਆ ਇਹਦੀ ਵੀ ਡੇਰੇ ਦੇ ਅੰਦਰ ਜ਼ਮੀਨ ਹੈ, ਇਹਨਾਂ ਲੋਕਾਂ ਨੂੰ ਡੇਰੇ ਦੇ ਅੰਦਰ ਆਪਣੀ ਮਾਲਕੀ ਜ਼ਮੀਨ ਦੇ ਵਿੱਚ ਜਾਣ ਦਾ ਹੱਕ ਨਹੀਂ। ਅਤੇ ਉਹਨੇ ਚਾਰ ਦੀਵਾਰੀ ਵਾਲੀ ਹੋਈ ਹੈ ਅਤੇ ਕੋਈ ਅਫਸਰ ਅਤੇ ਕੋਈ ਸਰਕਾਰ ਉਹ ਸਾਡੀ ਗੱਲ ਨਹੀਂ ਸੁਣਦੀ, ਜਿਸ ਕਰਕੇ ਅਸੀਂ ਹਾਈਕੋਰਟ ਤੱਕ ਪਹੁੰਚੇ ਹਾਂ। ਔਰ ਹਾਈਕੋਰਟ ਨੇ ਅਗਲੀ ਜਿਹੜੀ ਤਰੀਕ ਹੈ ਉਹ 5/11/2024 ਨੂੰ ਦਿੱਤੀ ਹੈ, ਇਹਨਾਂ ਸਾਰਿਆਂ ਤੋਂ ਜਵਾਬ ਤਲਬ ਵੀ ਕੀਤੀ ਹੈ, ਵੇਖਾਂਗੇ ਵੀ ਹੁਣ 5/11 ਤੱਕ ਇਹ ਕੀ ਕਾਰਵਾਈ ਕਰਦੇ ਆ, ਨਹੀਂ ਤਾਂ ਕੋਈ ਇਸ ਤੋਂ ਅੱਗੇ ਕੋਈ ਸਖ਼ਤ ਐਕਸ਼ਨ ਵੀ ਸਾਨੂੰ ਜੇ ਪੁੱਟਣਾ ਪਿਆ ਉਹ ਵੀ ਅਸੀਂ ਲੋਕਤੰਤਰ ਤਰੀਕੇ ਨਾਲ। ਸਿੱਧਾ ਸਾਹਿਬ, ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰੇਕ ਰਾਜਨੀਤਿਕ ਲੀਡਰ ਡੇਰਾ ਜਿਹੜਾ ਡੇਰੇ 'ਤੇ ਪਹੁੰਚਦਾ ਹੈ, ਡੇਰਾ ਮੁਖੀ ਨਾਲ ਮੁਲਾਕਾਤ ਕਰਦਾ ਹੈ, ਕੀ ਲੱਗਦਾ ਹੈ ਕਿ ਇਨਸਾਫ ਸੌਖਾ ਮਿਲ ਜਾਏਗਾ? ਕਿਉਂਕਿ ਜਿਸ ਤਰੀਕੇ ਨਾਲ ਰਾਜਨੀਤਿਕ ਵੱਡੇ ਵੱਡੇ ਚਿਹਰੇ ਉੱਥੇ ਜਾ ਕੇ ਉਹਨਾਂ ਦੀ ਸ਼ਰਨ 'ਚ ਪਹੁੰਚ ਰਹੇ ਸਨ। ਕਾਕਾ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਇਹ ਜਿਹੜੇ ਡੇਰੇ ਨੇ ਇਹਨਾਂ ਨੂੰ ਉਤਸ਼ਾਹਿਤ ਕਿਉਂ ਕਰਦਾ? ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਜਿਹੜਾ ਗੁਰਮੀਤ ਰਾਮ ਰਹੀਮ ਆ ਉਹਨੂੰ ਅਦਾਲਤ ਨੇ ਸਜ਼ਾ ਦਿੱਤੀਆਂ ਨੇ, ਪਰ ਰਾਜਨੀਤਿਕ ਲੋਕ ਇੰਨੇ ਢੀਠ ਬੇਸ਼ਰਮ ਲੋਕ ਨੇ, ਜਿਸ ਤਰ੍ਹਾਂ ਕਿ ਹਰਿਆਣਾ ਸਰਕਾਰ ਉਹਨੂੰ ਵਾਰ ਵਾਰ ਜੇਲ੍ਹ ਦੇ ਵਿੱਚੋਂ ਉਹਨੂੰ ਜਿਹੜੀ ਆ ਪਰੋਲ ਦੇ ਕੇ ਅਤੇ ਬਾਹਰ ਲਿਆਉਂਦੀ ਆ, ਉਹ ਆ ਕੇ ਘੁੰਮਦਾ ਹੈ। ਦੇਖੋ ਇੱਕ ਬੰਨੇ ਦੇ ਰਹਿ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਡੇਰੇ 'ਤੇ ਉੱਥੇ ਜਾਂਦੇ ਨੇ, ਇਹ ਬਿਲਕੁਲ ਠੀਕ ਹੈ ਕਿ ਇਸ ਡੇਰੇ ਰਾਧਾ ਸਵਾਮੀ 'ਤੇ ਜਿਹੜਾ ਕੇਜਰੀਵਾਲ ਵੀ ਇੱਥੇ ਆਉਂਦਾ, ਇੱਥੇ ਮੋਦੀ ਵੀ ਆਉਂਦਾ, ਇੱਥੇ RSS ਦਾ ਮੁਖੀ ਵੀ ਆਉਂਦਾ, ਇੱਥੇ ਕਾਂਗਰਸੀ ਵੀ ਆਉਂਦੇ ਆ, ਇੱਥੇ ਰਾਜਾ ਵੜਿੰਗ ਜਿੰਨੇ ਵੀ ਲੋਕ ਨੇ ਇਹ ਸਾਰੇ ਦੇ ਸਾਰੇ ਉੱਥੇ ਜਾਂਦੇ ਨੇ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਕਿ ਕਾਨੂੰਨ ਕਾਨੂੰਨ ਹੈ, ਅਸੀਂ ਕਾਨੂੰਨੀ ਲੜਾਈ ਕਾਨੂੰਨ ਦੇ ਦਾਇਰੇ 'ਚ ਰਹਿ ਗਏ ਔਰ ਤੱਥਾਂ ਦੇ ਆਧਾਰ 'ਤੇ ਲੜ ਰਹੇ ਹਾਂ, ਜਿਸ ਕਰਕੇ ਸਾਨੂੰ ਪੂਰਨ ਭਰੋਸਾ ਹੈ ਕਿ ਅਸੀਂ ਇੱਕ ਦਿਨ ਕਾਮਯਾਬ ਹੋਵਾਂਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਆਹ ਜਿਹੜੇ ਹਾਈਕੋਰਟ ਦੇ ਆਰਡਰ ਨੇ, ਇਹ ਆਰਡਰ ਇਹ ਐਵੇਂ ਨਹੀਂ ਹੋ ਗਏ, ਇਹ 2010 ਤੋਂ ਲੈ ਕੇ 15 ਸਾਲ ਦੀ ਸਾਡੀ ਮਿਹਨਤ ਹੈ, ਇਹ 15 ਸਾਲ ਦੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ, ਜਿਹੜਾ ਕਿ ਇਹ ਤਿੰਨਾਂ ਵਰਕਿਆਂ ਦਾ ਹਾਈਕੋਰਟ ਨੇ ਆਰਡਰ ਕੀਤਾ ਔਰ ਇਹਨਾਂ ਦੇ ਕੰਮ 'ਤੇ ਰੋਕ ਲਾਈ ਆ।
ਔਰ 5 ਯਾਰਾਂ ਨੂੰ ਜਿੱਦਣ ਇਹਨਾਂ ਨੇ ਜਵਾਬ ਦੇਣਾ ਉਦੋਂ ਪਹਿਲਾਂ ਅਸੀਂ ਵੀ ਆਹ ਜਿਹੜੇ ਸਬੂਤ ਨੇ ਸਾਰੇ ਇਹ ਤੁਹਾਡੀਆਂ ਮੀਡੀਆ ਦੇ ਰਾਹੀਂ ਜਿਹੜੇ ਆ ਇਹ ਪੇਸ਼ ਕਰਕੇ ਅਤੇ ਇਹ ਤੁਹਾਡੀਆਂ ਜਿਹੜੀਆਂ ਵੀਡੀਓ ਨੇ ਇਹ ਅਸੀਂ ਆਪਣੇ ਵਕੀਲ ਦੇ ਰਾਹੀਂ ਅਦਾਲਤ ਵਿੱਚ ਦੇਵਾਂਗੇ। ਔਰ ਇਸ ਤੋਂ ਬਾਅਦ ਮੈਂ ਪਹਿਲਾਂ ਉੱਥੇ ਮੌਕੇ 'ਤੇ ਜਾ ਕੇ ਵੀ ਵੀਡੀਓ ਜਿਹੜੀ ਕੱਲ੍ਹ ਅਸੀਂ ਵੀਡੀਓ ਬਣਾ ਕੇ ਲਿਆਉਂਦੀ ਆ ਉਹ ਵੀ ਤੁਹਾਨੂੰ ਅਸੀਂ ਦੇ ਦਿੰਦੇ ਹਾਂ, ਉਹ ਵੀ ਤੁਸੀਂ ਵੇਖ ਲੈਣੀ। ਅਤੇ ਫਿਰ ਇਸ ਤੋਂ ਪਹਿਲਾਂ 5/11/2024 ਤੋਂ ਪਹਿਲਾਂ ਅਸੀਂ ਇੱਕ ਵਾਰ ਪ੍ਰਸ਼ਾਸਨ ਨੂੰ ਜਿਹੜੇ ਪ੍ਰਸ਼ਾਸਨ ਅਧਿਕਾਰੀ ਕੋਲ ਜ਼ਿੰਮੇਵਾਰ ਅਫਸਰ ਨੂੰ ਉੱਥੇ ਮੌਕੇ 'ਤੇ ਲਿਜਾ ਕੇ ਇਹਨਾਂ ਦੀਆਂ ਅੱਖਾਂ 'ਤੇ ਜਿਹੜੀ ਚਰਬੀ ਆਈ ਹੈ, ਚਾਹੇ ਉਹ DC ਨੇ, ਚਾਹੇ ਮਿਹਨਤ ਅਧਿਕਾਰੀ ਨੇ, ਚਾਹੇ ਸੈਕਟਰੀ ਨੇ, ਇਹਨਾਂ ਦੀਆਂ ਅੱਖਾਂ 'ਤੇ ਜਿਹੜੀ ਚਰਬੀ ਹੈ ਉਹ ਜ਼ਰੂਰ ਲਾਵਾਂਗਾ, ਉੱਥੇ ਲਿਜਾ ਕੇ ਇਹਨਾਂ ਨੂੰ ਜਿਹੜਾ ਉਹ ਵਿਖਾਵਾਂਗਾ।